ਮਾਰਕੀਟ ਦੇ ਵਿੱਚ ਸ਼ਾਮ ਨੂੰ ਕਰੀਬ 5:30 5:45 ਵਜੇ ਦੇ ਕਰੀਬ ਦੋ ਗਰੁੱਪਾਂ ਦੇ ਵਿੱਚ ਫਾਇਰਿੰਗ ਹੋਈ ਜਿਸ ਦੇ ਨਾਲ ਇਲਾਕੇ ਦੇ ਵਿੱਚ ਕਾਫੀ ਇਨਸਕਿਉਰਿਟੀ ਦੀ ਭਾਵਨਾ ਫੀਲ ਹੋਈ ਵੀ ਓਪਨ ਫਾਇਰਿੰਗ ਸ਼ਹਿਰ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਤਿੰਨ ਜੋ ਦੋਸ਼ੀ ਸੀ ਆਪਸ ਵਿੱਚ ਕ੍ਰੋਸ ਫਾਇਰਿੰਗ ਦੇ ਵਿੱਚ ਅਰੈਸਟ ਕੀਤੇ ਹੋਏ ਆਪਣੇ ਅਰੈਸਟ ਕੀਤੇ ਇੰਜਰਡ ਹੋਏ ਇਮੀਡੀਏਟਲੀ ਫਾਇਰਿੰਗ ਇੰਸੀਡੈਂਟ ਤੋਂ ਬਾਅਦ ਸ਼ਹਿਰ ਦੇ ਵਿੱਚ ਮੈਂ ਮੇਰੇ ਸੀਨੀਅਰ ਆਫਿਸਰ ਅਸੀਂ ਮੌਕੇ 'ਤੇ ਗਏ ਮੌਕੇ 'ਤੇ ਪਬਲਿਕ ਨੂੰ ਭਰੋਸਾ ਦਿੱਤਾ ਕੌਨਫੀਡੈਂਸ ਵਿੱਚ ਲਿਆ ਕਿ ਅਸੀਂ ਬਹੁਤ ਜਲਦੀ ਇੱਕ ਐਗਜ਼ੈਂਪਲਰੀ ਕੇਸ ਆ ਇਸ ਦੇ ਵਿੱਚ ਅਸੀਂ ਜੋ ਵੀ ਦੋਸ਼ੀ ਪਾਇਆ ਜਾਂਦਾ ਉਸ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਿਆ ਜਾਵੇਗਾ ਤਾਂ ਦੋ ਦਿਨ ਦੇ ਵਿੱਚ ਅਸੀਂ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਉਸ ਗੈਂਗ ਦੇ 11 ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਤੋਂ 4 ਵੈਪਨਸ ਅਤੇ 6 ਵਹੀਕਲਸ ਮੋਟਰਸਾਈਕਲ ਵਗੈਰਾ ਅਤੇ ਹੋਰ ਕਾਰਾਂ ਜੋ ਉਸ ਕ੍ਰਾਈਮ ਵਿੱਚ ਯੂਜ਼ ਕੀਤੀਆਂ ਗਈਆਂ ਅਤੇ ਕਾਫੀ ਮਾਤਰਾ ਵਿੱਚ ਅਮਨੀਸ਼ਨ ਰਿਕਵਰ ਕੀਤਾ ਫਿਰ ਮੈਂ ਉਸ ਦਿਨ ਪ੍ਰੈਸ ਕਾਨਫਰੰਸ ਕੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ